ਸਤਿ ਸ਼੍ਰੀ ਅਕਾਲ ਜੀ, ਮੈਂ ਸਪ੍ਰੀਤ ਸਿੰਘ, ਮੈਂ ਜੋਤ ਕੌਰ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਅੱਜ ਆਪਾਂ ਇੱਕ ਨਵੀਂ ਡੈਸਟੀਨੇਸ਼ਨ ਤੇ ਆਏ ਹਾਂ ਜਿਸ ਦਾ ਨਾਮ ਹੈ ਗੈਰੀ ਫਾਰਮਸ, ਜੋ ਕਿ ਨਾਨੂਕੀ ਦੇ ਵਿੱਚ ਬਣਿਆ ਹੋਇਆ ਹੈ। ਇਸ ਜਗ੍ਹਾ ਤੇ ਆਪਾਂ ਪਹਿਲਾਂ ਵੀ ਆ ਚੁੱਕੇ ਹਾਂ, ਜਗ੍ਹਾ ਹੀ ਇੰਨੀ ਸੋਹਣੀ ਹੈ ਕਿ ਆਪਾਂ ਨੂੰ ਦੁਬਾਰਾ ਆਉਣਾ ਪਿਆ। ਤੇ ਆਓ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਇਸ ਗੈਰੀ ਫਾਰਮਸ ਨੂੰ ਵਿਜ਼ਿਟ ਕਰਦੇ ਹਾਂ, ਕੀ ਕੁਛ ਚੇਂਜ ਆਇਆ ਇਹਦੇ ਵਿੱਚ ਆਪਾਂ ਦੇਖਦੇ ਹਾਂ। ਆਪਾਂ ਜੀ ਜਦੋਂ ਨਾਭੇ ਨੂੰ ਜਾਂਦੇ ਹਾਂ, ਨਾਭੇ ਸ਼ਹਿਰ ਨੂੰ ਜਾਂਦੇ ਹਾਂ ਭਾਦਸੋਂ ਤੋਂ, ਤਾਂ ਭਾਦਸੋਂ ਤੋਂ ਤਕਰੀਬਨ 3 ਕਿਲੋਮੀਟਰ ਥੋੜ੍ਹਾ ਜਿਹਾ ਅੱਗੇ ਜਾ ਕੇ ਜੀ ਨਾਨੂਕੀ ਪਿੰਡ, ਸਕਰਾਲੀ ਪਿੰਡ ਨੂੰ ਰਾਹ ਮੁੜਦਾ ਆ ਜੀ। ਸਕਰਾਲੀ ਪਿੰਡ ਤੋਂ ਅੱਗੇ ਜੀ ਤਕਰੀਬਨ 1 ਕਿਲੋਮੀਟਰ ਦੇ ਉੱਤੇ ਇਹ ਨਾਨੂਕੀ ਫਾਰਮ ਬਣਿਆ ਹੋਇਆ ਆ। ਬਹੁਤ ਸੋਹਣੀ ਇਹ ਜਗ੍ਹਾ ਜੀ, ਆਪਣੇ ਇੱਕ ਗੁਰਸਿੱਖ ਵੀਰ ਨੇ ਜੀ ਬਹੁਤ ਸੋਹਣਾ ਇੱਕ ਪਿੰਡ ਵਸਾਇਆ ਹੋਇਆ ਆ। ਤੁਸੀਂ ਪਿਛਲੀ ਵੀਡੀਓ ਵੀ ਆਪਾਂ ਬਣਾਈ ਸੀ ਜੀ, ਸਾਤੋਂ ਰਿਹਾ ਨਹੀਂ ਗਿਆ, ਦੁਬਾਰਾ ਫਿਰ ਇਸ ਜਗ੍ਹਾ ਨੂੰ ਵਿਜ਼ਿਟ ਕਰਨ ਆਇਆ, ਦੇਖਣ ਆਇਆ ਜੀ, ਘੁੰਮਣ ਆਇਆ। ਇਸ ਲਈ ਸਾਡੇ ਨਾਲ ਜੀ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ। ਆਓ ਚੱਲੀਏ ਗੈਰੀ ਫਾਰਮਸ ਨੂੰ ਵਿਜ਼ਿਟ ਕਰੀਏ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਅਗਰ ਤੁਸੀਂ ਹਲ ਤੱਕ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਨਹੀਂ ਕੀਤਾ, ਤੁਸੀਂ ਸ਼ੇਅਰ ਜ਼ਰੂਰ ਕਰਿਓ, ਵੀਡੀਓ ਨੂੰ ਲਾਈਕ ਕਰਿਓ, ਵੱਧ ਤੋਂ ਵੱਧ ਇਸ ਥੱਲੇ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲੇ ਜੀ। ਆਓ ਚੱਲੀਏ ਜੀ, ਹੁਣ ਆਪਾਂ ਗੈਰੀ ਫਾਰਮਸ ਨੂੰ ਵਿਜ਼ਿਟ ਕਰੀਏ। ਆਪਾਂ ਜੀ ਜਦੋਂ ਗੈਰੀ ਫਾਰਮ ਦੇ ਵਿੱਚ ਐਂਟਰ ਹੁੰਦੇ ਹਾਂ ਤਾਂ ਇੱਕ ਬਹੁਤ ਸੋਹਣਾ ਗੇਟ ਆ ਉਹ ਤੁਸੀਂ ਦੇਖ ਸਕਦੇ ਹੋ ਬਣਿਆ ਹੋਇਆ ਆ, ਆਪਣਾ ਸਵਾਗਤ ਕਰਦਾ ਆ ਜੀ। ਆਪਾਂ ਇਹਦੇ ਵਿੱਚ ਐਂਟਰ ਹੁੰਦੇ ਹਾਂ, ਤੁਸੀਂ ਯਕੀਨ ਮੰਨਿਓ ਜਦੋਂ ਆਪਾਂ ਇਹਦੇ ਅੰਦਰ ਵੜਦੇ ਹਾਂ ਜੀ, ਬਹੁਤ ਜ਼ਿਆਦਾ ਹਰਿਆਲੀ ਆ, ਦਰਖਤ ਲੱਗੇ ਹੋਏ ਨੇ, ਰੁੱਖ ਹੀ ਰੁੱਖ ਨੇ, ਇੱਕ ਪੰਛੀਆਂ ਦੇ ਚਹਿਚਹਾਟ ਦੀ, ਬੋਲਣ ਦੀ ਬਹੁਤ ਸੋਹਣੀ ਆਵਾਜ਼ ਇਸ ਗੈਰੀ ਫਾਰਮ ਦੇ ਅੰਦਰ ਆਉਂਦੀ ਆ ਜੀ। ਤੁਸੀਂ ਯਕੀਨ ਮੰਨਿਓ ਜੇਕਰ ਤੁਸੀਂ ਵੀ ਪਹਿਲਾਂ ਵਿਜ਼ਿਟ ਕਰ ਚੁੱਕੇ ਹੋ ਤਾਂ ਤੁਹਾਨੂੰ ਵੀ ਅਹਿਸਾਸ ਜ਼ਰੂਰ ਹੋਊਗਾ ਜੀ ਕਿ ਇਹ ਚੀਜ਼ ਬਹੁਤ ਸੋਹਣੀ ਬਣੀ ਹੋਈ ਆ ਜੀ। ਆਪਾਂ ਪ੍ਰੀ ਵੈਡਿੰਗ ਜੇ ਕਰਨੀ ਹੋਵੇ ਉਹ ਵੀ ਇਸ ਜਗ੍ਹਾ ਦੇ ਉੱਤੇ ਕਰ ਸਕਦੇ ਹਾਂ ਜੀ, ਕਿਸ ਜਗ੍ਹਾ ਪ੍ਰੀ ਵੈਡਿੰਗ ਹੋ ਜਾਂਦੀ ਆ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ। ਇੱਕ ਪਾਸੇ ਸਾਡੇ ਵੀਰ ਨੇ ਦੇਖੋ ਅੰਬਾਂ ਦਾ ਬਾਗ ਬੀਜਿਆ ਹੋਇਆ ਆ, ਜਾਨੀ ਬਹੁਤ ਸੋਹਣੀ ਜਗ੍ਹਾ ਆ ਜੀ, ਬਹੁਤ ਸੋਹਣੀ ਲੋਕੇਸ਼ਨ ਆ ਜੀ। ਹਜ਼ਾਰਾਂ ਦੇ ਹਿਸਾਬ ਨਾਲ ਇਸ ਜਗ੍ਹਾ ਦੇ ਉੱਤੇ ਦਰਖਤ ਲੱਗੇ ਹੋਏ ਨੇ ਜੀ, ਬਹੁਤ ਸੋਹਣੀ ਲੋਕੇਸ਼ਨ ਆ ਜੀ ਇਹ। ਆਪਾਂ ਐਂਟਰ ਕਰ ਚੁੱਕੇ ਹਾਂ ਜੀ ਇਸ ਗੈਰੀ ਫਾਰਮ ਦੇ ਵਿੱਚ ਜੀ। ਪਹਿਲਾਂ ਵੀ ਗੱਲ ਕੀਤੀ ਆ ਵੀ ਬਹੁਤ ਸੋਹਣਾ ਫਾਰਮ ਬਣਿਆ ਹੋਇਆ ਆ। ਮੇਰੀ ਮਿਸਿਜ ਜੋਤ ਕੌਰ ਜੀ ਹੁਣ ਇਸ ਵਾਰ ਸਾਡੇ ਨਾਲ ਆਈ ਆ ਜੀ, ਪਿਛਲੀ ਵੀਡੀਓ ਦੇ ਵਿੱਚ ਇਹ ਨਹੀਂ ਆ ਸਕੀ ਜੀ, ਜਾਨੀ ਇਹਨੇ ਸਾਨੂੰ ਕਈ ਵਾਰ ਕਿਹਾ ਵੀ ਆਪਾਂ ਚੱਲੀਏ ਚੱਲੀਏ ਚੱਲੀਏ, ਪਰ ਤੁਸੀਂ ਯਕੀਨ ਮੰਨਿਓ ਤਕਰੀਬਨ ਸਾਲ ਲੰਘ ਗਿਆ, ਸਾਲ ਬਾਅਦ ਹੁਣ ਸਵੱਬ ਬਣਿਆ ਆ, ਅਸੀਂ ਦੁਬਾਰਾ ਜੀ ਇਸ ਨਾਨੂਕੀ ਫਾਰਮ ਨੂੰ ਵਿਜ਼ਿਟ ਕਰਨ ਆਏ ਹਾਂ। ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਇਸ ਜਗ੍ਹਾ ਜੀ, ਕੁਛ ਘੜੇ ਸਿੱਧੇ ਨੇ, ਕੁਛ ਘੜੇ ਪੁੱਠੇ ਨੇ, ਬਹੁਤ ਸੋਹਣੀ ਇਹ ਡਿਜ਼ਾਈਨਿੰਗ ਕੀਤੀ ਹੋਈ ਆ, ਬਹੁਤ ਸੋਹਣਾ ਲੱਗਦਾ ਆ, ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ। ਇਹ ਜਿਹੜੀ ਇੱਕ ਜਗ੍ਹਾ ਬਣੀ ਹੋਈ ਹੈ ਇਹ ਇੱਕ ਪੇਂਡੂ ਵਿਰਸੇ ਨੂੰ ਦਰਸਾਉਂਦੀ ਹੈ। ਅੱਜ ਜਿਹੜਾ ਪੰਜਾਬ ਹੈ ਉਹ ਫੋਰਨ ਦੇ ਜਿਹੜੇ ਵਿੱਚ ਕਲਚਰ 'ਚ ਜਾ ਚੁੱਕਿਆ ਹੈ, ਇਸ ਨੂੰ ਇਹ ਦਰਸਾਉਂਦਾ ਹੈ ਕਿ ਜੋ ਸਾਡਾ ਪੰਜਾਬ ਦਾ ਕਲਚਰ ਸੀ ਉਹਦਾ ਕੀ ਰਹਿਣ ਸਹਿਣ ਸੀ, ਕੀ ਖਾਣ ਪਾਣ ਸੀ, ਉਸ ਸਭ ਨੂੰ ਦਰਸਾਉਂਦਾ ਅਤੇ ਉਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਵਰਤਿਆ ਜਾਂਦਾ ਸੀ, ਚਰਖਾ ਉਹ ਸਾਰਾ ਕੁਛ ਇੱਥੇ ਦਿਖਾਇਆ ਜਾਏਗਾ। ਆਓ ਵਿਜ਼ਿਟ ਕਰਦੇ ਹਾਂ ਨਾਨੂਕੀ ਫਾਰਮ। ਇੱਕ ਗੱਲ ਆਪਣੇ ਪੰਜਾਬੀ ਦੇ ਵਿੱਚ ਕਹੀ ਜਾਂਦੀ ਆ, ਦੁਨੀਆ ਤੇ ਸਭ ਤੋਂ ਸੋਹਣੀ ਆ ਯਾਰੀ ਦਾਦੇ ਪੋਤੇ ਦੀ। ਇਹ ਤੁਸੀਂ ਦੇਖ ਸਕਦੇ ਹੋ ਦਾਦਾ ਆਪਣੇ ਪੋਤੇ ਨੂੰ ਕਨੇੜੇ ਮੋਢਿਆਂ ਤੇ ਚੱਕ ਕੇ ਜੀ ਇਸ ਨਾਨੂਕੀ ਫਾਰਮ ਨੂੰ ਦਿਖਾ ਰਿਹਾ ਆ। ਥੋੜਾ ਥੱਕ ਗਏ ਤੇ ਦਾਦਾ ਜੀ ਬੈਠ ਗਏ ਨੇ ਤੇ ਪੋਤਾ ਕਨੇੜੇ ਦਾਦੇ ਦੇ ਚੜਿਆ ਹੋਇਆ ਜੀ। ਤੁਸੀਂ ਦੇਖ ਸਕਦੇ ਹੋ ਇੱਕ ਚਿੱਤਰ ਬਣਾਇਆ ਹੋਇਆ, ਬਹੁਤ ਸੋਹਣਾ ਚਿੱਤਰ ਆ ਜੀ ਇਹ। ਤੇ ਵੈਲਕਮ ਟੂ ਗੈਰੀ ਫਾਰਮ ਤੁਸੀਂ ਪੜ੍ਹ ਸਕਦੇ ਹੋ ਸਕਰੀਨ ਦੇ ਉੱਤੇ ਜੀ। ਤੇ ਇਸ ਜਗ੍ਹਾ ਜੀ ਸਾਡੇ ਇਸ ਵੀਰ ਵੱਲੋਂ ਜੀ ਐਸ਼ਰ ਟਰੈਕਟਰ ਖੜਾ ਕੀਤਾ ਗਿਆ, ਐਸ਼ਾ ਖੜਾ ਕੀਤਾ ਗਿਆ ਆ ਜੀ, DT-14 ਆ, BT-3 ਜੀ ਟਰੈਕਟਰ ਖੜਾ ਕੀਤਾ ਹੋਇਆ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਜੀ। ਜਾਨੀ ਸਾਡੇ ਪੰਜਾਬ ਦੇ ਖੇਤਾਂ ਦੀ
ਕਿਸਾਨੀ ਦੀ ਸ਼ਾਨ ਨੇ ਜੀ ਇਹ ਟਰੈਕਟਰ ਜੀ। ਬਹੁਤ ਸੋਹਣੀ ਲੋਕੇਸ਼ਨ ਆ ਜੀ, ਇਹ ਬਹੁਤ ਸੋਹਣੀ ਜਗ੍ਹਾ ਆ। ਇਹ ਟਰੈਕਟਰ ਖੜੇ ਕੀਤੇ ਨੇ ਸਕਰੀਨ ਦੇ ਉੱਤੇ, ਪੁਰਾਣੇ ਜੀ, ਤੁਸੀਂ ਦੇਖ ਸਕਦੇ ਹੋ। ਪਿਛਲੀ ਵੀਡੀਓ ਦੇ ਵਿੱਚ ਆਪਾਂ ਫਾਰਮ ਟਰੈਕ ਟਰੈਕਟਰ ਵੀ ਦੇਖਿਆ ਸੀ, ਇਸ ਵਾਰ ਉਹ ਇਸ ਜਗ੍ਹਾ ਨਹੀਂ ਹੈਗਾ ਜੀ। ਆ ਜਾਓ ਥੋੜਾ ਅੱਗੇ ਚੱਲਦੇ ਹਾਂ ਆਪਾਂ ਜੀ। ਆ ਰੇੜਾ ਖੜਾ ਆ ਜੀ, ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਆ ਰੇੜਾ ਆ, ਇਹਦੇ ਵਿੱਚ ਖੱਚਰ ਜੋੜੀ ਜਾਂਦੀ ਆ ਜੀ, ਇਹ ਰੇੜਾ ਆ। ਆ ਇੱਕ ਟਰਾਲੀ ਬਣਾਈ ਹੋਈ ਆ, ਆਪਾਂ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਜੀ। ਆਇਆ ਜੀ ਘੜੂਕਾ, ਘੜੂਕਾ ਕਿਹਾ ਜਾਂਦਾ ਇਹਨੂੰ, ਤੇ ਇਹ ਵੀ ਖੜਾ ਇਸ ਜਗ੍ਹਾ ਦੇ ਉੱਤੇ ਮੋਗੇ ਸਾਈਡ। ਇਹ ਘੜੂਕੇ ਬਹੁਤ ਜ਼ਿਆਦਾ ਚੱਲਦੇ ਨੇ ਜੀ। ਜਿਹੜੇ ਜਿਹੜੇ ਬੰਦੇ ਇਸ ਘੜੂਕੇ ਦੀ, ਇਸ ਆਟੋ ਦੀ ਸਵਾਰੀ ਕਰ ਚੁੱਕੇ ਨੇ ਜੀ, ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਜੀ। ਬਹੁਤ ਸੋਹਣੀ ਜਗ੍ਹਾ ਆ ਇਹ, ਦੁਬਾਰਾ ਤੋਂ ਫਿਰ ਅਸੀਂ ਦੱਸਦੇ ਹਾਂ ਤੁਹਾਨੂੰ ਜੀ। ਆ ਜੀਪਾਂ ਖੜੀਆਂ ਕੀਤੀਆਂ ਹੋਈਆਂ ਨੇ ਇਸ ਜਗ੍ਹਾ ਦੇ ਉੱਤੇ, ਆਪਾਂ ਦੇਖ ਸਕਦੇ ਹਾਂ ਸਕਰੀਨ ਦੇ ਉੱਤੇ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ, ਸਾਡਾ ਹੌਸਲਾ ਵਧਾਇਆ ਕਰੋ ਜੀ। ਇਹ ਜੀਪਾਂ ਨੇ ਇਸ ਜਗ੍ਹਾ ਦੇ ਉੱਤੇ ਖੜੀਆਂ ਜੀ, ਅਤੇ ਇਸ ਜਗ੍ਹਾ ਦੀ ਕੀ ਟਿਕਟ ਪ੍ਰਾਈਜ਼ ਆ ਜੀ, ਆਪਾਂ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਕਿਸ ਜਗ੍ਹਾ ਤੋਂ ਟਿਕਟ ਮਿਲ ਜਾਂਦੀ ਆ ਜੀ, ਆਪਾਂ ਉਹ ਵੀ ਗੱਲ ਕਰਦੇ ਹਾਂ। ਟਾਈਮਿੰਗ ਕੀ ਹੈ ਇਹਦੀ, ਉਹ ਵੀ ਤੁਹਾਨੂੰ ਅਸੀਂ ਦੱਸਦੇ ਹਾਂ ਜੀ। ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਜੀ। ਇਹ ਪੁਰਾਣੇ ਮੋਟਰਸਾਈਕਲ ਖੜੇ ਕੀਤੇ ਹੋਏ ਨੇ, ਆਪਾਂ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਜੀ। ਅਤੇ ਸਾਹਮਣੇ ਆ ਟਿਕਟ ਵਿੰਡੋ ਜੀ, 1 ਪਰਸਨ 50 ਰੁਪੀਜ਼ ਲੈਂਦੇ ਨੇ ਜੀ, ਇਹ 50 ਰੁਪਏ ਲੈਂਦੇ ਨੇ ਇਹ ਇੱਕ ਜਣੇ ਦੇ ਜੀ। ਉਸ ਜਗ੍ਹਾ ਤੋਂ ਆਪਾਂ ਟਿਕਟ ਲੈ ਸਕਦੇ ਹਾਂ ਜੀ। ਜੇਕਰ ਕੁਛ ਖਾਣਾ ਹੋਵੇ ਆਪਾਂ, ਜਾਂ ਪੀਣਾ ਹੋਵੇ, ਉਹ ਵੀ ਇਸ ਜਗ੍ਹਾ ਕੰਟੀਨ ਬਣੀ ਹੋਈ ਆ ਜੀ, ਆਪਾਂ ਖਾ ਪੀ ਸਕਦੇ ਹਾਂ ਜੀ। ਜਾਣੀ ਤਕਰੀਬਨ 8 ਵਜੇ ਤੋਂ ਇਹ ਓਪਨਿੰਗ ਹੋ ਜਾਂਦੀ ਆ, ਤੁਸੀਂ ਆ ਸਕਦੇ ਹੋ ਰੇ ਜੀ। ਅਤੇ ਉੱਥੋਂ ਟਿਕਟ ਕਟਾ ਕੇ ਫਿਰ ਤੁਸੀਂ ਇਸ ਨਾਨੂਕੀ ਫਾਰਮ ਨੂੰ ਵਿਜ਼ਿਟ ਕਰ ਸਕਦੇ ਹੋ, ਘੁੰਮ ਸਕਦੇ ਹੋ। ਇੱਕ ਇਹ ਸਿਟਿੰਗ ਏਰੀਆ ਬਣਿਆ ਹੋਇਆ ਆ, ਇਹ ਵੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਜੇਕਰ ਤੁਸੀਂ ਕੁਛ ਦੇਰ ਰਿਲੈਕਸ ਕਰਨਾ ਹੋਵੇ, ਬੈਠਣਾ ਹੋਵੇ, ਤਾਂ ਇਸ ਜਗ੍ਹਾ ਜੀ ਬੈਠ ਸਕਦੇ ਹੋ। ਆ ਜਾਓ ਹੁਣ ਆਪਾਂ ਚੱਲਦੇ ਹਾਂ ਇਸ ਫਾਰਮ ਦੇ ਅੰਦਰ ਨੂੰ ਜੀ। ਜਿਹੜਾ ਪੁਰਾਣਾ ਆਪਣਾ ਕਲਚਰ ਆ, ਸੱਭਿਆਚਾਰ ਆ ਜੀ, ਚਰਖਾ ਆ, ਤ੍ਰਿੰਜਣਾ ਆ, ਅਤੇ ਹੋਰ ਬਹੁਤ ਕੁਛ ਆ ਜੀ ਇਸ ਫਾਰਮ ਦੇ ਵਿੱਚ ਜੀ। ਆਪਾਂ ਉਹ ਸਾਰਾ ਦੇਖਦੇ ਹਾਂ ਜੀ, ਵਿਜ਼ਿਟ ਕਰਦੇ ਹਾਂ। ਬੱਚਿਆਂ ਲਈ ਝੂਲੇ ਲੱਗੇ ਹੋਏ ਨੇ, ਉਹ ਸਾਰੀ ਜਗ੍ਹਾ ਆਪਾਂ ਦੇਖਦੇ ਹਾਂ ਜੀ। ਇੱਕ ਪਿਛਲੇ ਪਾਸੇ ਸਵੀਮਿੰਗ ਪੂਲ ਟੈਪ ਜੀ ਇੱਕ ਜਗ੍ਹਾ ਬਣਾਈ ਹੋਈ ਆ, ਆਪਾਂ ਉਹਨੂੰ ਵੀ ਘੁੰਮਦੇ ਹਾਂ। ਬਣੇ ਰਹੋ ਪੂਰੀ ਵੀਡੀਓ ਨੇੜ ਤੱਕ ਸਾਡੇ ਨਾਲ ਜੀ। ਆਓ ਜੀ ਹੁਣ ਆਪਾਂ ਵਿਜ਼ਿਟ ਕਰਦੇ ਹਾਂ ਇਸ ਗੈਰੀ ਫਾਰਮ ਨੂੰ। ਤੁਸੀਂ ਆ ਮੇਰੇ ਪਿੱਛੇ ਅਤੇ ਨਾਲ ਦੇਖ ਸਕਦੇ ਹੋ, ਇਹ ਪਲੇਗਰਾਊਂਡ ਟਾਈਪ ਬਣਿਆ ਹੋਇਆ, ਬਹੁਤ ਸਾਰੇ ਝੂਲੇ ਵੀ ਲੱਗੇ ਹੋਏ ਨੇ, ਤੁਸੀਂ ਉਸ ਸਾਈਡ ਦੇਖ ਸਕਦੇ ਹੋ। ਰੈਸਟ ਲਈ ਇੱਥੇ ਕੁਰਸੀਆਂ ਵੀ ਲਗਾਈਆਂ ਹੋਈਆਂ ਨੇ, ਜੇ ਆਪਾਂ ਥੱਕ ਜਾਂਦੇ ਹਾਂ ਤਾਂ ਆਪਾਂ ਬੈਠ ਵੀ ਸਕਦੇ ਹਾਂ। ਅਤੇ ਜੀ ਬਹੁਤ ਸੋਹਣੀ ਇਹ ਜਗ੍ਹਾ ਬਣੀ ਹੋਈ ਹੈ, ਦੇਖੋ ਤੁਸੀਂ ਚਾਰੇ ਪਾਸੇ ਕਿੰਨੀ ਜ਼ਿਆਦਾ ਗ੍ਰੀਨਰੀ ਹੈ, ਬਹੁਤ ਸੋਹਣਾ ਹੈ ਗੈਰੀ ਫਾਰਮ ਇਸ ਜਗ੍ਹਾ ਉੱਪਰ ਬਣਿਆ ਹੋਇਆ। ਇਸ ਜਗ੍ਹਾ ਉੱਪਰ ਜਿਸ ਮਤਲਬ ਸੈਕਸ਼ਨ ਦੇ ਵਿੱਚ ਪੰਜਾਬੀ ਵਿਰਸੇ ਨੂੰ ਦਿਖਾਇਆ ਗਿਆ, ਪੰਜਾਬੀ ਸੱਭਿਆਚਾਰ ਨੂੰ ਦਿਖਾਇਆ ਗਿਆ, ਉਹ ਵੀ ਆਪਾਂ ਦੇਖਾਂਗੇ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਣੇ ਰਹੋ। ਉਹ ਜਿਹੜੀ ਪਿੱਛੇ ਝੀਲ ਟਾਈਪ ਬਣੀ ਹੋਈ ਆ, ਉਹ ਵੀ ਆਪਾਂ ਦੇਖਦੇ ਹਾਂ। ਆਓ ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ। ਇਹ ਕੰਗਾਰੂ ਦਾ ਸਟੈਚੂ ਲੱਗਿਆ ਹੋਇਆ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ। ਥੈਲੀ ਦੇ ਵਿੱਚ ਇਹਨੇ ਆਪਣਾ ਬੱਚਾ ਪਾਇਆ ਹੋਇਆ, ਥੱਲੇ ਬਣਿਆ ਹੁੰਦਾ ਹਨਾ, ਉਹਦੇ ਵਿੱਚ ਬੱਚਾ ਪਾਇਆ ਹੋਇਆ। ਤੇ ਇਹ ਸਾਡੇ ਨਿਹੰਗ ਸਿੰਘ ਜੀ, ਬੱਚਾ ਗੱਤਕੇ ਦੇ ਜੌਹਰ ਭਚੰਗੀ ਸਿੰਘ ਸਿੱਖਦਾ ਹੋਇਆ ਜੀ,
ਬਾਬਾ ਜੀ ਦੇਖ ਰੇਖ ਕਰ ਰਹੇ ਨੇ ਤੇ ਇੱਕ ਨਿਹੰਗ ਸਿੰਘ ਹਾਥੀ ਦੀ ਸਵਾਰੀ ਕਰ ਰਿਹਾ ਜੀ। ਬਹੁਤ ਸੋਹਣੇ ਸਟੈਚੂ ਜੀ ਇਸ ਜਗ੍ਹਾ ਦੇ ਉੱਤੇ ਲੱਗੇ ਹੋਏ ਨੇ। ਮਹਾਤਮਾ ਬੁੱਧ ਜੀ ਦਾ ਸਟੈਚੂ ਵੀ ਲੱਗਿਆ ਹੋਇਆ ਆ, ਆਪਾਂ ਉਹਦੇ ਵੀ ਦਰਸ਼ਨ ਕਰਾਂਗੇ ਜੀ। ਤੇ ਹੋਰ ਵੀ ਇੱਕ ਆ ਰੂਮ ਬਣੇ ਹੋਏ ਨੇ, ਜੇਕਰ ਤੁਸੀਂ ਪ੍ਰੀ ਵੈਡਿੰਗ ਕਰਦੇ ਹੋ ਤਾਂ ਇਹ ਰੂਮ ਰੈਂਟ ਦੇ ਉੱਤੇ ਮਿਲ ਜਾਂਦੇ ਨੇ ਜੀ। ਯਾਨੀ ਜੇ ਤੁਸੀਂ ਤਿਆਰ ਵਗੈਰਾ ਹੋਣਾ ਆ, ਰੈਡੀ ਹੋਣਾ ਆ, ਤਾਂ ਇਹਨਾਂ ਰੂਮਾਂ ਦੇ ਵਿੱਚ ਹੋ ਸਕਦੇ ਹੋ। ਤਕਰੀਬਨ 5 ਤੋਂ 6 ਹਜ਼ਾਰ ਰੁਪਈਆ, 10 ਹਜ਼ਾਰ ਰੁਪਈਆ, 15 ਹਜ਼ਾਰ ਰੁਪਈਆ ਇੱਦਾਂ ਦਾ ਰੇਟ ਨੇ। ਜਿਸ ਤਰ੍ਹਾਂ ਤੁਸੀਂ ਪ੍ਰੀ ਵੈਡਿੰਗ ਕਰਨੀ ਆ ਜੀ, ਉਸ ਹਿਸਾਬ ਨਾਲ ਗੱਲ ਕਰਕੇ ਇਹਨਾਂ ਨਾਲ ਇਹਨਾਂ ਤੋਂ ਰੂਮ ਤੁਸੀਂ ਲੈ ਸਕਦੇ ਹੋ। ਸਿਟਿੰਗ ਏਰੀਆ ਬਹੁਤ ਜ਼ਿਆਦਾ ਦਿੱਤਾ ਹੋਇਆ ਜੀ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ। ਇੱਕ ਸਾਈਡ ਝੂਲੇ ਲੱਗੇ ਹੋਏ ਨੇ, ਆ ਜਾਓ ਆਪਾਂ ਉਹਨਾਂ ਝੂਲਿਆਂ ਨੂੰ ਵੀ ਦੇਖਦੇ ਹਾਂ, ਥੋੜ੍ਹੀ ਦੇਰ ਆਪਾਂ ਵੀ ਝੂਲੇ ਲੈਂਦੇ ਹਾਂ ਜੀ, ਆਓ ਚੱਲੀਏ। ਇੱਕ ਇਹ ਰੂਮ ਵੀ ਬਣੇ ਹੋਏ ਨੇ ਜੀ, ਜੇਕਰ ਆਪਾਂ ਪ੍ਰੀ ਵੈਡਿੰਗ ਕਰਨੀ ਆ ਤਾਂ ਇਹ ਰੂਮ ਵੀ ਆਪਾਂ ਰੈਂਟ ਦੇ ਉੱਤੇ ਲੈ ਸਕਦੇ ਹਾਂ ਜੀ। ਬਹੁਤ ਸੋਹਣੀ ਲੋਕੇਸ਼ਨ ਦੇ ਉੱਤੇ ਇਹ ਰੂਮ ਵੀ ਬਣਾਇਆ ਹੋਇਆ ਜੀ। ਪਿਛਲੇ ਪਾਸੇ ਝੀਲ ਵਹਿੰਦੀ ਆ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ, ਤੇ ਝੂਲਾ ਲੱਗਿਆ ਹੋਇਆ ਆ, ਤੇ ਝੂਲਾ ਵੀ ਝੂਟਣਾ ਕੁਛ ਦੇਰ ਤਾਂ ਝੂਲਾ ਝੂਟ ਸਕਦੇ ਹੋ ਜੀ। ਜਾਣੀ ਇੱਕ ਠੰਡੀ ਹਵਾ ਆਉਂਦੀ ਆ, ਬਹੁਤ ਸੋਹਣਾ। ਜਾਣੀ ਅੱਜ ਤਕਰੀਬਨ 28 ਜੂਨ ਆ ਜੀ, 28 ਜੂਨ ਆ, ਤੁਸੀਂ ਯਕੀਨ ਮੰਨੋ ਗਰਮੀ ਆ ਪੰਜਾਬ ਦੇ ਵਿੱਚ ਆਪਣੇ, ਤੇ ਪਰ ਬਹੁਤ ਸੋਹਣਾ ਮੌਸਮ ਆ ਜੀ ਇਹ। ਇੱਕ ਠੰਡੀ ਹਵਾ ਆਉਂਦੀ ਆ, ਜਾਣੀ ਮਹਿਸੂਸ ਨਹੀਂ ਹੁੰਦਾ ਵੀ ਆਪਾਂ ਜੂਨ ਦੇ ਮਹੀਨੇ ਦੇ ਵਿੱਚ ਇਸ ਗੈਰੀ ਫਾਰਮ ਨੂੰ ਵਿਜ਼ਿਟ ਕਰ ਰਹੇ ਹਾਂ, ਘੁੰਮ ਰਹੇ ਹਾਂ ਜੀ। ਇਹ ਝੂਲਾ ਲੱਗਿਆ ਹੋਇਆ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ, ਆ ਜਾਓ ਆਪਾਂ ਕੁਛ ਦੇਰ ਝੂਲਾ ਝੂਟਦੇ ਹਾਂ। ਤੇ ਪਿੱਛੇ ਝੀਲ ਬਣੀ ਹੋਈ ਆ, ਬੱਤਕਾਂ ਨੇ ਜਾਂ ਇਹਦੇ ਵਿੱਚ ਛੱਡੀਆਂ ਹੋਈਆਂ, ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਇਹ ਪੁਲ ਬਣਾਇਆ ਹੋਇਆ ਜੀ ਇਸ ਗੈਰੀ ਫਾਰਮ ਦੇ ਵਿੱਚ ਜੀ, ਫੋਟੋ ਸ਼ੂਟ ਕਰਨ ਵਾਸਤੇ। ਤੇ ਬਹੁਤ ਸਾਰੀਆਂ ਫੈਮਿਲੀਆਂ ਵੀ ਅੱਜ ਪਰਿਵਾਰ ਇਸ ਗੈਰੀ ਫਾਰਮ ਨੂੰ ਵਿਜ਼ਿਟ ਕਰਨ ਘੁੰਮਣ ਆਏ ਹੋਏ ਨੇ ਸਾਡੇ ਨਾਲ ਜੀ। ਇਹ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਆ, ਜੇਕਰ ਤੁਸੀਂ ਫੋਟੋ ਸ਼ੂਟ ਕਰਨੀ ਆ ਤਾਂ ਇਸ ਜਗ੍ਹਾ ਦੇ ਉੱਤੇ ਕਰ ਸਕਦੇ ਹੋ। ਇਹ ਬਾਂਸ ਲੱਗੇ ਹੋਏ ਨੇ, ਬਹੁਤ ਸੋਹਣੀ ਜਗ੍ਹਾ ਜੀ, ਬਹੁਤ ਸੋਹਣੀ ਲੋਕੇਸ਼ਨ ਆ ਇਹ ਫੋਟੋ ਸ਼ੂਟ ਵਾਸਤੇ। ਇਹ ਜਿਹੜੀ ਆਪਾਂ ਹੁਣ ਝੀਲ ਦੇ ਵਿੱਚ ਐਂਟਰ ਹੋਏ ਹਾਂ, ਜਿਹੜੀ ਸੁਖਨਾ ਝੀਲ ਆ ਚੰਡੀਗੜ੍ਹ ਦੇ ਵਿੱਚ, ਉਹਦੀ ਤਰਜ਼ ਦੇ ਉੱਤੇ ਹੀ ਇਸ ਝੀਲ ਨੂੰ ਬਣਾਇਆ ਗਿਆ ਜੀ। ਆਪਾਂ ਝੀਲ ਦੇ ਹੁਣ ਵਿੱਚ ਐਂਟਰ ਹੋ ਚੁੱਕੇ ਹਾਂ, ਸਿਟਿੰਗ ਏਰੀਆ ਬਣਾਇਆ ਹੋਇਆ ਇਹਦੇ ਵਿੱਚ, ਤੁਸੀਂ ਦੇਖ ਸਕਦੇ ਹੋ। ਜੇਕਰ ਤੁਸੀਂ ਕੁਛ ਦੇਰ ਰਿਲੈਕਸ ਕਰਨਾ ਹੋਵੇ, ਬਹਿਣਾ ਹੋਵੇ, ਤਾਂ ਇਸ ਝੀਲ ਦੇ ਵਿੱਚ ਬੈਠ ਸਕਦੇ ਹੋ ਜੀ। ਬਹੁਤ ਸੋਹਣੀ ਲੋਕੇਸ਼ਨ ਆ ਜੀ ਇਹ, ਜਿਹੜੀ ਸੁਖਨਾ ਲੇਕ ਦਾ ਕਿਤੇ ਦ੍ਰਿਸ਼ ਨਜ਼ਰ ਆਉਂਦਾ ਆ ਜੀ। ਜਿਹੜੀ ਕਈ ਪਹਾੜ ਨੇ ਪੰਜਾਬ ਦੇ, ਕਈ ਜਗ੍ਹਾ ਪਿੰਡ ਨੇ ਪੰਜਾਬ ਦੇ ਆਪਣੇ, ਉਹ ਦਿਖਾਈ ਦਿੰਦੇ ਨੇ। ਜਿਹੜੀ ਬਹੁਤ ਕੁਛ ਆ ਇਸ ਥੋੜ੍ਹੀ ਜਿਹੀ ਜਗ੍ਹਾ ਦੇ ਵਿੱਚ ਇਸ ਵੀਰ ਨੇ ਬਣਾਇਆ ਹੋਇਆ, ਸਮੇਟਿਆ ਹੋਇਆ। ਵੱਡੀਆਂ ਵੱਡੀਆਂ ਨਿੰਮਾਂ ਲੱਗੀਆਂ ਹੋਈਆਂ ਨੇ, ਇਮਲੀ ਦੇ ਦਰਖਤ ਲੱਗੇ ਹੋਏ ਨੇ, ਜਾਮਣਾ, ਪਿੱਪਲ, ਬੋੜ, ਜਿਹੜੇ ਵਿਰਾਸਤੀ ਰੁੱਖ ਨੇ ਆਪਣੇ ਪੰਜਾਬ ਦੇ ਜੀ, ਉਹ ਵੀ ਇਸ ਜਗ੍ਹਾ ਦੇ ਉੱਤੇ ਲਾਏ ਹੋਏ ਨੇ। ਤੁਸੀਂ ਦੇਖੋ ਸਕਰੀਨ ਦੇ ਉੱਤੇ ਕਿੰਨਾ ਸੋਹਣਾ ਲੋਕੇਸ਼ਨ ਆ, ਕਿੰਨਾ ਸੋਹਣਾ ਆਨੰਦ ਆ ਰਿਹਾ ਇਸ ਜਗ੍ਹਾ ਦੇ ਉੱਤੇ। ਪੰਛੀ ਬੋਲਦੇ ਨੇ ਜੀ, ਜ਼ਿੰਦਗੀ 'ਚ ਮੌਕਾ ਲੱਗਿਆ ਤਾਂ ਇਸ ਗੈਰੀ ਫਾਰਮ ਨੂੰ ਵਿਜ਼ਿਟ ਕਰਨ ਜ਼ਰੂਰ ਆਇਓ ਜੀ। ਜਿਸ ਤਰ੍ਹਾਂ ਕਿ ਵਕੇਸ਼ਨਸ ਚੱਲ ਰਹੀਆਂ ਨੇ ਤੇ ਕਾਫੀ ਫੈਮਿਲੀਜ਼ ਆਪਣੇ ਬੱਚਿਆਂ ਨਾਲ ਇੱਥੇ ਵਿਜ਼ਿਟ ਕਰਨ ਆਈਆਂ ਹੋਈਆਂ ਨੇ, ਤਾਂ ਇੱਥੇ ਜਿਹੜਾ ਹੈਗਾ ਬੱਚਿਆਂ ਦੇ ਇੰਜੋਏ ਲਈ, ਐਂਟਰਟੇਨਮੈਂਟ ਲਈ ਬਹੁਤ ਕੁਝ ਬਣਿਆ ਹੋਇਆ। ਉਹਨਾਂ ਨੂੰ ਜਿਹੜੀਆਂ ਚੀਜ਼ਾਂ ਪੰਜਾਬੀ ਕਲਚਰ ਬਾਰੇ ਨਹੀਂ ਪਤਾ, ਉਹ ਵੀ ਇੱਥੇ ਆ ਕੇ ਸਭ ਕੁਝ ਪਤਾ ਚੱਲਦਾ ਕਿ ਝੀਲ ਕੀ ਹੈ, ਛੱਪੜ ਕੀ ਆ, ਚਰਖੇ ਕੀ ਹੈ, ਜਾਂ ਕੰਗਾਰੂ, ਜਾਂ ਸਾਡੇ ਸਿੱਖ ਕਲਚਰ ਨੂੰ ਵੀ ਰਿਲੇਟਿਡ ਇੱਥੇ ਸਭ ਕੁਝ ਬਣਿਆ ਹੋਇਆ। ਪ੍ਰੀ ਵੈਡਿੰਗਸ ਹੋ ਰਹੀਆਂ ਨੇ ਕਾਫੀ ਜਗ੍ਹਾ ਦੇ ਉੱਤੇ। ਛੋਟਾ ਹੁੰਦਾ ਸੀ ਨਾ ਤਾਂ ਇਹ ਸਾਨੂੰ ਕਹਿੰਦਾ ਹੁੰਦਾ ਸੀਗਾ ਵੀ ਜਿਹੜਾ ਬੋਰਡ ਆ
ਵੀ ਤੁਸੀਂ ਕਹਿੰਦੇ ਉਹਦੀ ਦਾੜੀ ਹੁੰਦੀ ਆ, ਵੀ ਉਹ ਦਾੜੀ ਕਿੱਦਾਂ ਹੁੰਦੀ ਆ? ਤੇ ਅਸੀਂ ਜਦੋਂ ਇਸ ਜਗ੍ਹਾ ਦੇ ਉੱਤੇ ਆਏ, ਅਸੀਂ ਇਹਨੂੰ ਬੋਰਡ ਦਿਖਾਇਆ ਜੀ, ਬੋਰਡ ਦੀ ਦਾੜੀ ਲਮਕਦੀ ਦਿਖਾਈ ਇਹਨੂੰ, ਵੀ ਆਹ ਤਣੇ ਨੇ ਜਿਹੜੇ ਹੁੰਦੇ ਇਹਨੂੰ ਦਾੜੀ ਕਿਹਾ ਜਾਂਦਾ ਬੋਰਡ ਦੀ, ਵੀ ਇਹਨੂੰ ਫੜ ਕੇ ਅਸੀਂ ਲਮਕਦੇ ਹੁੰਦੇ ਸੀਗੇ। ਫਿਰ ਸਭਪ੍ਰੀਤ ਨੇ ਵੀ ਟਰਾਈ ਕੀਤਾ ਜੀ, ਉਸ ਬੋਰਡ ਦੀਆਂ ਉਸ ਜਿਹੜੀਆਂ ਤਣੇ ਜੇ ਨਿਕਲਦੇ ਨੇ ਆਪਣੀ ਆਪਾਂ ਦਾੜੀ ਕਹਿੰਦੇ ਹਾਂ ਨਾ, ਉਹਦੇ ਨਾਲ ਝੂਟਿਆ, ਇੱਕ ਬਹੁਤ ਆਨੰਦ ਆਇਆ ਜੀ। ਜਦੋਂ ਆਪਾਂ ਆਪਣੇ ਬੱਚਿਆਂ ਨੂੰ ਇਸ ਜਗ੍ਹਾ ਦੇ ਉੱਤੇ ਲੈ ਕੇ ਆਉਂਦੇ ਹਾਂ ਨਾ ਜੀ, ਉਹ ਆਪਣੇ ਪੰਜਾਬੀ ਸੱਭਿਆਚਾਰ ਨੂੰ, ਕਲਚਰ ਨੂੰ ਦੇਖਦੇ ਨੇ ਤਾਂ ਮਨ ਨੂੰ ਖੁਸ਼ੀ ਬਹੁਤ ਹੁੰਦੀ ਆ। ਕਿਉਂਕਿ ਉਹ ਸਾਨੂੰ ਪੁੱਛਦੇ ਨੇ ਪਾਪਾ ਆਹ ਕੀ ਆ, ਫਾਦਰ ਸਾਹਿਬ ਨੂੰ ਕਹਿੰਦੇ ਡੈਡੀ ਆਹ ਕੀ ਆ, ਹੈ ਨਾ, ਆਪਾਂ ਉਹਨੂੰ ਦੱਸਦੇ ਹਾਂ ਤਾਂ ਉਹਦੀ ਨੌਲੇਜ ਦੇ ਵਿੱਚ ਵਾਧਾ ਹੁੰਦਾ ਆ ਜੀ। ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਫੈਮਿਲੀ ਨਾਲ ਵਕੇਸ਼ਨ ਦੇ ਵਿੱਚ ਜ਼ਰੂਰ ਇਸ ਜਗ੍ਹਾ ਦੇ ਉੱਤੇ ਆਇਆ ਕਰੋ। ਆਪਣਾ ਜਿਹੜਾ ਪੰਜਾਬੀ ਕਲਚਰ ਆ, ਸੱਭਿਆਚਾਰ ਆ ਜੀ, ਉਹ ਦੁਬਾਰਾ ਆਪਾਂ ਨੂੰ ਚੇਤੇ ਆਉਂਦਾ ਆ ਜੀ। ਔਰ ਇਹ ਬਹੁਤ ਹੀ ਪੀਸਫੁਲ ਜਗ੍ਹਾ ਬਣੀ ਹੋਈ ਹੈ, ਇੱਥੇ ਕੋਈ ਰਸ਼ ਨਹੀਂ ਹੈ, ਬਹੁਤ ਹੀ ਆਰਾਮਦਾਇਕ ਤੇ ਫਨ ਵਾਲੀ, ਬੱਚਿਆਂ ਦੇ ਐਂਟਰਟੇਨਮੈਂਟ ਵਾਲੀ ਜਗ੍ਹਾ। ਇੱਕ ਵਾਰ ਆਪਣੀ ਫੈਮਿਲੀ ਨਾਲ ਜ਼ਰੂਰ ਵਿਜ਼ਿਟ ਕਰੋ, ਸਾਡੇ ਚੈਨਲ ਤੇ ਬਣੇ ਰਹੋ, ਤੇ ਅਗਰ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ, ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਿਓ ਜੀ। ਗੈਰੀ ਫਾਰਮ ਦੇ ਵਿੱਚ ਹੀ ਆਪਾਂ ਦੇਖ ਸਕਦੇ ਹਾਂ ਕ੍ਰਿਸ਼ਨ ਜੀ ਦੀ ਪ੍ਰਤਿਮਾ ਲੱਗੀ ਹੋਈ ਹੈ, ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ, ਬਹੁਤ ਸੋਹਣੀ ਪ੍ਰਤਿਮਾ ਲੱਗੀ ਹੋਈ ਹੈ ਕ੍ਰਿਸ਼ਨ ਜੀ ਦੀ। ਜਿੱਥੇ ਵੀ ਤੁਸੀਂ ਜ਼ਿਆਦਾਤਰ ਪ੍ਰਤਿਮਾ ਦੇਖੋਗੇ ਉਹਦੇ ਨਾਲ ਬਹੁਤ ਜ਼ਿਆਦਾ ਜਾਨਵਰ ਹੁੰਦੇ ਨੇ, ਇਸ ਨਾਲ ਜਿਹੜੇ ਜਾਨਵਰਾਂ ਪ੍ਰਤੀ ਪ੍ਰੇਮ ਨੂੰ ਦਿਖਾਇਆ ਗਿਆ ਹੈ ਕਿ ਆਪਾਂ ਨੂੰ ਉਹਨਾਂ ਦੀ ਬਹੁਤ ਕੇਅਰ ਕਰਨੀ ਚਾਹੀਦੀ ਹੈ, ਉਹ ਵੀ ਪਰਮਾਤਮਾ ਦੇ ਹੀ ਜੀਵ ਹਨ। ਨਾਲ ਹੀ ਤੁਸੀਂ ਦੇਖ ਸਕਦੇ ਹੋ ਜੀ, ਇੱਕ ਰਿਸ਼ੀ ਜੀ ਤਪੱਸਿਆ ਕਰਦੇ ਹੋਏ ਇਸ ਜਗ੍ਹਾ ਉੱਪਰ ਦਿਖਾਏ ਗਏ ਨੇ, ਦੇਖ ਸਕਦੇ ਹੋ ਤੁਸੀਂ ਆਪਣੀ ਸਕਰੀਨ ਉੱਪਰ। ਬਹੁਤ ਸੋਹਣੀ ਇਹ ਝੀਲ ਇਸ ਗੈਰੀ ਫਾਰਮ ਦੇ ਵਿੱਚ ਬਣਾਈ ਹੋਈ ਹੈ ਜੀ, ਬੱਤਕਾਂ ਨੇ, ਬਹੁਤ ਸ਼ਾਂਤੀ ਹੈ ਇੱਥੇ, ਇੱਕ ਵਾਰ ਤੁਹਾਨੂੰ ਜ਼ਰੂਰ ਵਿਜ਼ਿਟ ਕਰਨੀ ਚਾਹੀਦੀ ਹੈ। ਆਓ ਹੁਣ ਆਪਾਂ ਚੱਲਦੇ ਹਾਂ ਪੰਜਾਬੀ ਸੱਭਿਆਚਾਰ ਨੂੰ ਦੇਖਦੇ ਹਾਂ। ਇਸ ਵੀਡੀਓ ਤੋਂ ਪਹਿਲਾਂ ਜੀ ਆਪਣੀ ਸੀਰੀਜ਼ ਖਤਮ ਹੋਈ ਹੈ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਜੀ, ਬਹੁਤ ਜ਼ਿਆਦਾ ਵਧੀਆ ਜਗ੍ਹਾ ਬਣੀ ਹੋਈ ਹੈ, ਬਹੁਤ ਸੋਹਣੀ ਜਗ੍ਹਾ ਜੀ। ਅਗਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਸਾਡੇ ਚੈਨਲ ਤੇ ਜਾ ਕੇ ਜ਼ਰੂਰ ਦੇਖਿਓ। ਪਹਿਲੀ ਵਾਰ ਮੈਂ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਆਇਆ, ਬਹੁਤ ਆਨੰਦਮਈ ਯਾਤਰਾ ਰਹੀ ਹੈ, ਤੁਹਾਨੂੰ ਵੀ ਇੱਕ ਵਾਰ ਯਾਤਰਾ ਤੇ ਜਾਣਾ ਚਾਹੀਦਾ। ਸਾਰੀ ਇਨਫੋਰਮੇਸ਼ਨ ਤੁਹਾਨੂੰ ਸਾਡੀ ਵੀਡੀਓਜ਼ ਥਰੂ ਮਿਲ ਜਾਏਗੀ। ਇਹ ਪੁਰਾਣੀ ਚੱਕੀਆਂ ਨੇ ਜੀ, ਉਹਨਾਂ ਦੇ ਪੌੜ ਨੇ, ਦੇਖੋ ਬੈਠਣ ਲਈ ਕਿੰਨਾ ਸੋਹਣਾ ਇਹਨਾਂ ਨੂੰ ਬਣਾ ਲਿਆ ਗਿਆ ਹੈ ਜੀ। ਆਪਾਂ ਕਣਕ ਪੀਸਦੇ ਹਾਂ, ਹੈ ਨਾ, ਉਹਦੇ ਜਿਹੜੇ ਪੌੜ ਹੁੰਦੇ ਨੇ, ਪੌੜ ਕਹਿੰਦੇ ਆਪਾਂ, ਹੈ ਨਾ, ਉਹਨਾਂ ਨੂੰ ਦੇਖੋ ਵਰਤੋਂ 'ਚ ਲਿਆ ਗਿਆ ਆ, ਬੈਠਣ ਲਈ ਬਣਾਇਆ ਗਿਆ, ਬਹੁਤ ਵਧੀਆ ਇਹ ਸਿਟਿੰਗ ਏਰੀਆ ਜੀ। ਸਾਹਮਣੇ ਮਹਾਤਮਾ ਬੁੱਧ ਜੀ ਦਾ ਸਟੈਚੂ ਲੱਗਿਆ ਹੋਇਆ ਆ, ਆ ਜਾਓ ਆਪਾਂ ਉਹਦੇ ਵੀ ਦਰਸ਼ਨ ਕਰਦੇ ਹਾਂ ਜੀ। ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਜੀ, ਸਿਟਿੰਗ ਏਰੀਆ ਬਣਾਇਆ ਹੋਇਆ ਉੱਪਰਲੇ ਪਾਸੇ ਜੀ ਬੈਠਣ ਵਾਸਤੇ। ਮੈਡਮ ਜੋਤ ਕੌਰ ਜੀ ਚੜ੍ਹ ਗਏ ਨੇ ਉੱਤੇ ਤੇ ਬਾਏ ਬਾਏ ਕਰ ਰਹੇ ਨੇ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ। ਤੇ ਇਹ ਸਿਟਿੰਗ ਏਰੀਆ ਉੱਪਰ ਬਣਿਆ ਹੋਇਆ ਬੈਠਣ ਵਾਸਤੇ ਜੀ, ਜਿਹੜੀ ਹਵਾ ਆਉਂਦੀ ਆ ਚਾਰੇ ਪਾਸਿਓਂ ਤੋਂ, ਬਹੁਤ ਸੋਹਣਾ ਲੱਗਦਾ ਇਸ ਜਗ੍ਹਾ ਦੇ ਉੱਤੇ ਬੈਠ ਕੇ ਨੇਚਰ ਕੁਦਰਤ ਦੀ ਗੋਦ ਦੇ ਵਿੱਚ ਜੀ। ਆ ਜਾਓ ਹੁਣ ਆਪਾਂ ਮਹਾਤਮਾ ਬੁੱਧ ਜੀ ਦੇ ਸਟੈਚੂ ਦੇ ਦਰਸ਼ਨ ਕਰਦੇ ਹਾਂ ਜੀ। ਘੰਟਾ, ਮੰਦਰ ਦੇ ਵਿੱਚ ਵੀ ਘੰਟੀ ਹੁੰਦੀ ਹੈ ਜਿਸ ਤਰ੍ਹਾਂ, ਉਸ ਤਰ੍ਹਾਂ ਇਸ ਬੈਲ ਨੂੰ ਲਟਕਾਇਆ ਗਿਆ ਇਸ ਜਗ੍ਹਾ ਦੇ ਉੱਤੇ ਜੀ। ਤੇ ਇਹ ਸਟੈਚੂ ਲੱਗਾ ਹੋਇਆ ਮਹਾਤਮਾ ਬੁੱਧ ਜੀ ਦਾ, ਬੱਚੇ ਇਸ ਨਾਲ ਫੋਟੋਆਂ ਖਿਚਾ ਰਹੇ ਨੇ, ਸਨੈਪਸ ਲੈ ਰਹੇ ਨੇ ਆਪਣੀਆਂ ਜੀ। ਇਹ ਮਹਾਤਮਾ ਬੁੱਧ ਜੀ ਦਾ ਸਟੈਚੂ ਲੱਗਿਆ ਹੋਇਆ ਆ। ਇਸ ਤੋਂ ਬਾਅਦ ਜੀ ਆਪਾਂ ਚੱਲਦੇ ਹਾਂ ਉਸ ਜਗ੍ਹਾ ਵੱਲ ਨੂੰ ਜਿਸ ਜਗ੍ਹਾ ਆਪਣਾ ਪੰਜਾਬੀ ਕਲਚਰ, ਪੰਜਾਬੀ ਸੱਭਿਆਚਾਰ ਸਾਂਭਿਆ ਹੋਇਆ ਜੀ, ਉਸ ਨੂੰ ਦੇਖਦੇ ਹਾਂ ਜੀ। ਬਣੇ ਰਹੋ ਪੂਰੀ ਵੀਡੀਓ ਦੇਣ ਤੱਕ ਸਾਡੇ ਨਾਲ ਜੀ। ਆਓ ਤੁਹਾਨੂੰ ਲੈ ਕੇ ਚੱਲਦੇ ਆ ਇੱਕ ਪੰਜਾਬੀ ਕਲਚਰ ਹਾਊਸ ਦੇ ਵਿੱਚ, ਜਿਹਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਬਹੁਤ ਹੀ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ ਗਿਆ ਹੈ। ਤੇ ਸਭ ਤੋਂ ਪਹਿਲਾਂ ਇਹ ਹੈਗਾ ਸਾਡਾ ਚੌਂਕਾ ਚੁੱਲ੍ਹਾ। ਇਹਦੇ ਵਿੱਚ ਆਹ ਦੇਖੋ ਜੀ, ਤੁਸੀਂ ਨੋਰਮਲੀ ਜੱਗ ਪਿਆ, ਜਿਸ ਨੂੰ ਆਪਾਂ ਉਸ ਟਾਈਮ ਸਮੇਂ ਸੁਰਾਹੀ ਕਹਿੰਦੇ ਸੀ। ਆਹ ਹੈਗੇ ਸਾਡੇ ਗਲਾਸ, ਤੇ ਆਹ ਹੈਗੇ ਸਾਡੇ ਚੁੱਲ੍ਹੇ, ਤੇ ਇਹਦੇ ਵਿੱਚ ਆਪਾਂ ਕਣਕ ਪੀਸਦੇ ਸੀ, ਹੈਗੀ ਚੱਕੀ,
ਤੇ ਇਹਦੇ ਵਿੱਚ ਆਪਣੇ ਹਾਰ ਹੈ ਜਿਹਦੇ ਵਿੱਚ ਸਾਡੀਆਂ ਸੁਹਾਣੀਆਂ ਦਿਨ ਦੇ ਵਿੱਚ ਦਾਲ ਨੂੰ ਰੁਝਾਉਂਦੀਆਂ ਰਹਿੰਦੀਆਂ ਸੀ ਤੇ ਉਹਨਾਂ ਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਸੀ। ਆਹ ਹੈ ਲਾਲਟੇਨ, ਲਾਲਟੇਨ ਦੀ ਵਰਤੋਂ ਉਸ ਸਮੇਂ ਬਹੁਤ ਜ਼ਿਆਦਾ ਕੀਤੀ ਜਾਂਦੀ ਸੀ। ਸਟੋਵ, ਚੱਕਲਾ, ਵੇਲਣਾ ਤੇ ਆਹ ਹੈਗੀ ਸਾਡੀ ਦੁੱਧ ਵਾਲੀ ਢੋਲੀ। ਇਹ ਵੇਲਣਾ ਜੀ, ਇਹ ਬੰਦਿਆਂ ਦੇ ਬਹੁਤ ਫਿਰਦਾ, ਸਾਡੇ ਤਾਂ ਚਲੋ ਬਚਾਇਆ ਹਾਲੇ ਤੱਕ ਫਿਰਿਆ ਨੀ, ਇਹ ਵੇਲਣਾ ਪੈਂਦਾ ਬਹੁਤ ਜ਼ੋਰ ਨਾਲ। ਦੇਖੋ ਮੋਟਾ ਕਿੰਨਾ ਆ, ਇਹਦੀ ਬਚਾ ਰੱਖਿਓ ਮਾੜਾ ਜਿਹਾ ਵੀਰ ਬਣ ਕੇ। ਤੇ ਆਜੋ ਜੀ ਅੱਗੇ ਲੈ ਚੱਲਦੇ ਹਾਂ ਤੁਹਾਨੂੰ। ਇਹ ਹੈਗਾ ਸਾਡਾ ਸੰਦੂਕ ਜਿਹਦੇ ਵਿੱਚ ਸਾਡਾ ਜਿਹੜਾ ਸਮਾਨ ਸੀਗਾ ਕੀਮਤੀ ਸੰਭਾਲ ਕੇ ਰੱਖਿਆ ਜਾਂਦਾ ਸੀ। ਆਹ ਹੈਗਾ ਉਸ ਸਮੇਂ ਦਾ ਟੇਪ ਰਿਕਾਰਡ। ਅੱਜ ਕੱਲ ਅਲਮਾਰੀਆਂ ਆ ਗਈਆਂ ਨੇ ਜੀ, ਹਨਾ, ਲੋਹੇ ਦੀਆਂ ਅਲਮਾਰੀਆਂ ਚੱਲ ਪਈਆਂ ਨੇ ਜਾਂ ਕਬੋਰਡ ਚੱਲ ਪਏ ਨੇ। ਜਿਹੜਾ ਪੁਰਾਣਾ ਸੱਭਿਆਚਾਰ ਸੀ ਉਹ ਸੰਦੂਕ ਹੀ ਸੀ। ਸਾਡੀ ਦਾਦੀ ਵੀ ਸੰਦੂਕ ਲੈ ਕੇ ਆਈ ਸੀ, ਅੱਜ ਵੀ ਸਾਡੇ ਘਰੇ ਸਾਂਭਿਆ ਹੋਇਆ ਜੀ। ਉਹ ਸੰਦੂਕ ਦੇ ਵਿੱਚ ਦਾਦੀ ਨੇ ਪੈਸੇ ਜਾਂ ਸਮਾਨ ਰੱਖਿਆ ਹੁੰਦਾ ਸੀ ਤੇ ਅਸੀਂ ਕੁਛ ਮੰਗਣਾ, ਉਹਨੇ ਫਿਰ ਨਾ ਇਹਨੂੰ ਛੋਟਾ ਜਿਹਾ ਇੱਕ ਜਿੰਦਾ ਲਾਇਆ ਹੁੰਦਾ ਸੀਗਾ, ਜਿੰਦਾ ਖੋਲਣਾ, ਫਿਰ ਚੋਂ ਸਾਨੂੰ ਕੱਢ ਕੇ ਸਮਾਨ ਦਿੰਦੀ ਹੁੰਦੀ ਸੀਗੀ ਜੀ। ਇਹ ਆ ਸੰਦੂਕ ਜੀ। ਉਸ ਸਮੇਂ ਇਹੀ ਮੀਨਾਕਾਰੀ ਕੀਤੀ ਜਾਂਦੀ ਸੀ। ਦੇਖੋ ਕਿੰਨੀਆਂ ਸੋਹਣੀਆਂ ਤਰੀਕੇ ਨਾਲ ਇਹਨੂੰ ਸਜਾਇਆ ਗਿਆ ਸੀ, ਘਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਹਰੇਕ ਕੋਨੇ ਕੋਨੇ ਨੂੰ ਸਜਾਇਆ ਗਿਆ। ਆਹ ਸਾਡਾ ਹੈਗਾ ਉਸ ਸਮੇਂ ਦਾ ਟੀਵੀ, ਹਨਾ, ਜੋ ਕਿ ਉਸ ਸਮੇਂ ਕਿਸੇ ਕਿਸੇ ਦੇ ਘਰ ਦੇ ਵਿੱਚ ਹੁੰਦਾ ਸੀ ਤੇ ਉੱਥੇ ਸਾਰੇ ਆਲੇ ਦੁਆਲੇ ਦੇ ਬੱਚੇ ਇਕੱਠੇ ਹੋ ਕੇ ਇੱਕੋ ਘਰ ਦੇ ਵਿੱਚ ਇਸਨੂੰ ਦੇਖਦੇ ਸੀ ਤੇ ਇੱਕ ਇੰਜੋਏ ਕਰਦੇ ਸੀਗੇ। ਇਸ ਟਾਈਮ ਇਹਦੀ ਬਹੁਤ ਜ਼ਿਆਦਾ ਵੈਲਿਊ ਹੁੰਦੀ ਸੀ। ਅੱਜ ਕੱਲ੍ਹ ਤਾਂ ਘਰ ਘਰ ਦੇ ਵਿੱਚ ਐਲਸੀਡੀਆਂ ਫੋਨ ਹੁੰਦਾ ਸੀ, ਉਦੋਂ ਲੰਬੀ ਯਾਨੀ 15 ਫੁੱਟ 20 ਫੁੱਟ ਕਿਸੇ ਨੇ 25 ਫੁੱਟ ਲਾਇਆ ਹੁੰਦਾ ਸੀ। ਉਹ ਇੱਕ ਜਣਾ ਘੁਮਾਉਂਦਾ ਹੁੰਦਾ ਸੀਗਾ ਜੀ ਉਹਨੂੰ ਤੇ ਪੁੱਛਦਾ ਹਾਂ ਵੀ ਸਿਗਨਲ ਆ ਗਿਆ ਆ ਗਿਆ ਆ ਗਿਆ, ਤਾਂ ਬਸ ਉਹਨੂੰ ਕਹਿੰਦੇ ਵੀ ਇੱਥੇ ਛੱਡ ਦੇ, ਉਹਨੂੰ ਇੱਥੇ ਛੱਡ ਦੇ, ਵੀ ਚੱਲ ਪੈਂਦਾ ਹੁੰਦਾ ਸੀਗਾ ਜੀ। ਇਹ ਵੀ ਇੱਕ ਭੁੱਲ ਜਾਦਾ ਸਾਡੇ ਪੰਜਾਬ ਦੀ ਜੀ, ਇਹ ਵੀ ਕਲਚਰ ਆ ਸਾਡੇ ਪੰਜਾਬ ਦਾ ਜੀ, ਟੀਵੀ ਜੀ। ਤੇ ਉਹਨੂੰ ਹੱਟੜੀ ਕਹਿੰਦੇ ਆ ਜੋ ਦੀਵਾਲੀ ਤੇ ਯੂਜ਼ ਕੀਤੀ ਜਾਂਦੀ ਆ, ਉਹ ਵੀ ਬਹੁਤ ਸੰਭਾਲ ਕੇ ਰੱਖੀਆਂ ਹੋਈਆਂ ਉਸ ਸਮੇਂ ਦੀਆਂ। ਤੇ ਆਹ ਹੈਗੀ ਸਾਡੀ ਮਧਾਣੀ ਜਿਹਦੇ ਵਿੱਚ ਦੁੱਧ ਰਿੜਕਿਆ ਜਾਂਦਾ, ਸਾਡੀਆਂ ਸੁਹਾਣੀਆਂ ਇੱਥੇ ਬੈਠ ਕੇ ਦੁੱਧ ਰਿੜਕਦੀਆਂ ਸੀ ਤੇ ਜਿਹਦੇ ਵਿੱਚ ਮੈਂ ਬੈਠੀ ਹਾਂ ਉਹ ਹੈਗੀ ਸਾਡੀ ਪੀੜੀ ਤੇ ਇਸ ਨੂੰ ਕਿਹਾ ਜਾਂਦਾ ਹੈ ਡੋਲੀ, ਜਿਹਦੇ ਵਿੱਚ ਸਾਡੀਆਂ ਮਾਤਾਵਾਂ ਭੈਣਾਂ ਉਹਦੇ ਵਿੱਚ ਆਪਣਾ ਸਮਾਨ ਦੁੱਧ ਦਹੀਂ ਸੰਭਾਲ ਕੇ ਰੱਖਦੀਆਂ ਸੀ। ਉਹ ਬਹੁਤ ਹੀ ਉਸ ਸਮੇਂ ਦੇ ਹਿਸਾਬ ਨਾਲ ਜਾਲੀ ਵਾਲਾ ਬਣਿਆ ਹੋਇਆ ਤਾਂ ਕਿ ਇਹਦੇ ਵਿੱਚੋਂ ਹਵਾ ਕ੍ਰੋਸ ਹੁੰਦੀ ਰਹੇ ਤੇ ਚੀਜ਼ ਦਾ ਨੁਕਸਾਨ ਨਾ ਹੋਵੇ। ਆਹ ਹੈਗਾ ਮੰਜਾ ਜਿਹਦੇ ਉੱਤੇ ਆਪਾਂ ਆਰਾਮ ਕਰ ਸਕਦੇ ਹਾਂ। ਤੇ ਉਸ ਸਮੇਂ ਦਾ ਡਰੈਸਿੰਗ ਟੇਬਲ, ਇਹਦਾ ਸ਼ੀਸ਼ਾ ਟੁੱਟ ਗਿਆ ਜੀ, ਪਤਾ ਨਹੀਂ ਕਿਉਂ ਸ਼ੀਸ਼ਾ ਨਹੀਂ ਹੈਗਾ ਇਹਦੇ ਵਿੱਚ, ਨਹੀਂ ਡਰੈਸਿੰਗ ਟੇਬਲ ਹੁੰਦਾ ਸੀਗਾ। ਤੁਹਾਨੂੰ ਇੱਕ ਹੋਰ ਬਹੁਤ ਵੱਡੀ ਗੱਲ ਦੱਸਦੇ ਹਾਂ ਜੀ, ਬਹੁਤ ਵੱਡੀ ਚੀਜ਼ ਆ ਜੀ ਇਹ, ਇਹ ਆ ਰੁੱਖ ਜੀ। ਇਹ ਸੀਗਾ ਇੱਕ ਪ੍ਰੋਪਰ ਘਰ ਬਣਿਆ ਹੋਇਆ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ, ਇਹ ਚੁੱਲ੍ਹਾ ਚੌਂਕਾ ਬਣਿਆ ਹੋਇਆ ਜਿਸ ਜਗ੍ਹਾ ਰੋਟੀ ਪਾਣੀ ਬਣਦਾ ਸੀਗਾ ਜੀ। ਉਹ ਪੌੜੀਆਂ ਚੜ੍ਹਦੀਆਂ ਨੇ ਉੱਪਰ ਨੂੰ ਛੱਤ ਦੇ ਉੱਤੇ ਨੂੰ ਜੀ, ਤੇ ਮੰਜਾ ਲੱਗਿਆ ਹੋਇਆ, ਇਹ ਵਿਹੜਾ ਆ ਜੀ। ਤੁਸੀਂ ਦੇਖੋ ਇਸ ਵਿਹੜ ਦੇ ਵਿੱਚ ਜੀ ਇਹ ਰੁੱਖ ਲਾਏ ਹੋਏ ਨੇ, ਇਹ ਪੰਜਾਬ ਦਾ ਸੱਭਿਆਚਾਰ ਸੀਗਾ ਜੀ। ਹਰੇਕ ਘਰ ਦੇ ਵਿੱਚ ਇਹ ਰੁੱਖ ਲਾਏ ਹੁੰਦੇ ਸੀ, ਲਗਭਗ ਹਰ ਘਰ ਦੇ ਵਿੱਚ ਜੀ ਵਿਹੜ ਦੇ ਵਿੱਚ ਇੱਕ ਜਾਂ ਦੋ ਰੁੱਖ ਪੱਕੇ ਲੱਗੇ ਹੁੰਦੇ ਸੀਗੇ ਜੀ, ਰੁੱਖ ਲਾਏ ਹੁੰਦੇ ਸੀਗੇ। ਅੱਜ ਕੱਲ੍ਹ ਇਹ ਚੀਜ਼ ਅਲੋਪ ਹੋ ਚੁੱਕੀ ਆ, ਪੱਕੇ ਘਰ ਬਣ ਗਏ ਨੇ ਜੀ, ਚਿਪਸਾਂ ਲੱਗ ਗਈਆਂ ਨੇ, ਇਹ ਰੁੱਖ ਅਲੋਪ ਹੋ ਗਏ ਨੇ, ਜਿਸ ਨਾਲ ਸਾਡੇ ਪੰਜਾਬ ਦਾ ਟੈਂਪਰੇਚਰ ਇਸ ਵਾਰ ਜੀ 47 ਡਿਗਰੀ ਤੱਕ ਪਹੁੰਚ ਗਿਆ ਆ। ਅਸੀਂ ਗੱਲਾਂ ਕਰਦੇ ਹਾਂ ਵੀ ਦੁਬਈ ਦੇ ਵਿੱਚ ਟੈਂਪਰੇਚਰ ਬਹੁਤ ਘੱਟ ਗਿਆ, 35 ਡਿਗਰੀ ਆ ਗਿਆ। ਉਹ 35 ਡਿਗਰੀ ਕਿਸ ਤਰ੍ਹਾਂ ਆਇਆ ਜੀ? ਇਹਨਾਂ ਰੁੱਖਾਂ ਦੀ ਬਦੌਲਤ ਜੀ, ਇਹ ਰੁੱਖ ਲਾਏ ਨੇ ਉਹਨਾਂ ਨੇ, ਰੁੱਖਾਂ ਲਾਉਣ ਨਾਲ ਟੈਂਪਰੇਚਰ ਘੱਟ ਗਿਆ ਸਾਡੇ ਪੰਜਾਬ ਚੋਂ। ਜੇ ਰੁੱਖ ਗਾਇਬ ਹੋਏ ਨੇ ਸਾਡੇ ਘਰਾਂ ਚੋਂ, ਜੇ ਰੁੱਖ ਗਾਇਬ ਹੋਏ ਨੇ ਨਾ ਜੀ, ਉਹਦੇ ਨਾਲ ਇਹ ਟੈਂਪਰੇਚਰ ਵਧਿਆ ਆ। ਇਸ ਲਈ ਸਾਡੀ
ਤੁਹਾਨੂੰ ਸਾਰਿਆਂ ਸਰੋਤਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਵੱਧ ਤੋਂ ਵੱਧ ਸਾਨੂੰ ਆਪਣੇ ਇਸ ਸੋਹਣੇ ਵਤਨ ਪੰਜਾਬ ਦੇ ਵਿੱਚ ਜੀ ਰੁੱਖ ਲਾਉਣੇ ਚਾਹੀਦੇ ਨੇ ਜੀ। ਇੱਕ ਰੁੱਖ 100 ਸੁੱਖ, ਰੁੱਖ ਤੇ ਮਨੁੱਖ ਦਾ ਗਹਿਰਾ ਸੰਬੰਧ ਆ ਜੀ, ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ, ਸਾਡਾ ਹੌਸਲਾ ਵਧਾਇਓ ਜੀ। ਆਪਾਂ ਹੁਣ ਦੇਖ ਚੁੱਕੇ ਹਾਂ ਜੀ ਇੱਕ ਸੋਹਣੇ ਜਿਹੇ ਪੰਜਾਬੀ ਘਰ ਨੂੰ ਜੀ। ਬੱਚਾ ਬੈਠਾ ਇਹ ਵਿਚਾਰਾ ਅਜੇ ਖੇਲ ਕੇ ਬਾਹਰੋਂ ਆਇਆ, ਇਹਨੂੰ ਪਤਾ ਕਿ ਅੰਦਰ ਜਾ ਕੇ ਮੇਰੇ ਹਜੇ ਛਟਾਈ ਹੋਣੀ ਹੈ। ਆਹ ਨੇ ਦੇਖੋ ਜੀ ਆਲੇ ਬਣੇ ਹੋਏ, ਇਹਨਾਂ ਦੇ ਵਿੱਚ ਉਦੋਂ ਦੀਵੇ ਰੱਖੇ ਹੁੰਦੇ ਸੀਗੇ ਕਿਉਂਕਿ ਲਾਈਟ ਦਾ ਕੋਈ ਪ੍ਰੋਪਰ ਪ੍ਰਬੰਧ ਨਹੀਂ ਹੁੰਦਾ ਸੀਗਾ ਜੀ, ਤਾਂ ਇਹਨਾਂ ਦੇ ਵਿੱਚ ਸੁਹਾਣੀਆਂ ਸਾਡੀਆਂ ਮਾਤਾਵਾਂ ਭੈਣਾਂ ਦੀਵਾ ਜਲਾ ਕੇ ਰੱਖ ਦਿੰਦੀਆਂ ਸੀ ਤੇ ਚਾਨਣ ਘਰ ਦੇ ਵਿੱਚ ਫੈਲਦਾ ਸੀਗਾ, ਰੋਸ਼ਨੀ ਬਣਦੀ ਸੀਗੀ ਜੀ। ਤੇ ਇਹ ਦੇਖੋ ਤੁਸੀਂ ਇੱਕ ਜਗ੍ਹਾ ਬਣਾਈ ਹੋਈ ਆ ਬਹੁਤ ਸੋਹਣੀ ਜੀ, ਜਾਣੀ ਜੇ ਆਪਾਂ ਫੋਟੋ ਸ਼ੂਟ ਕਰਨਾ ਹੋਵੇ ਤਾਂ ਇਸ ਜਗ੍ਹਾ ਦੇ ਉੱਤੇ ਕਰ ਸਕਦੇ ਹਾਂ। ਪੁਰਾਣੀ ਹਵੇਲੀ ਟੈਪ ਇਸ ਜਗ੍ਹਾ ਨੂੰ ਬਣਾਇਆ ਗਿਆ ਆ ਜੀ, ਬਹੁਤ ਸੋਹਣੀ ਜਗ੍ਹਾ ਜੀ ਇਹ ਨਾਨੋਕੀ ਪਿੰਡ ਦੇ ਵਿੱਚ ਬਣਿਆ ਹੋਇਆ ਗੈਰੀ ਫਾਰਮ ਜੀ। ਜ਼ਿੰਦਗੀ 'ਚ ਮੌਕਾ ਲੱਗਿਆ ਤਾਂ ਇਸ ਨੂੰ ਦੇਖਣ ਜ਼ਰੂਰ ਆਇਓ ਜੀ। ਪੇਂਡੂ ਘਰ ਤੋਂ ਬਾਅਦ ਹੁਣ ਆਪਾਂ ਲੈ ਚੱਲਦੇ ਹਾਂ ਇੱਕ ਪੇਂਡੂ ਵਿਰਸੇ ਦੇ ਸੱਭਿਆਚਾਰ ਦੀ ਇੱਕ ਹੋਰ ਰੰਗਤ ਨੂੰ ਪੇਸ਼ ਕਰਦਾ ਮੇਲੇ ਦਾ ਦ੍ਰਿਸ਼, ਜਿਹਦੇ ਵਿੱਚ ਸਾਡੇ ਸ਼ਿੰਗਾਰ ਦਾ ਸਮਾਨ, ਪੰਜਾਬੀ ਜੁੱਤੀਆਂ, ਚੂੜੀਆਂ, ਪਰਾਂਦੇ ਸਾਰਾ ਕੁਛ ਦਿਖਾਇਆ ਜਾ ਰਿਹਾ। ਤੇ ਆਹ ਦੇਖੋ ਜੀ ਇਹ ਸੀਨ ਕਿਹਨੇ ਕੀਤਾ ਹੋਇਆ ਵੀ ਆਪਣੀ ਮੰਮੀ ਤੋਂ ਸਿਰ ਬਹਾਉਂਦੇ ਹੋਏ ਅੱਗੇ ਸ਼ੀਸ਼ਾ ਲੈ ਕੇ ਕਿ ਮੰਮੀ ਅੱਗੇ ਤੋਂ ਠੀਕ ਹੈ ਜਾਂ ਨਹੀਂ, ਇਹ ਕਿਸ ਨੇ ਸੀਨ ਕੀਤਾ ਹੋਇਆ ਜਾਂ ਜ਼ਿੰਦਗੀ ਦੇ ਵਿੱਚ ਏਦਾਂ ਸਿਰ ਬਹਾਇਆ ਹੋਇਆ ਤਾਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਤੇ ਆ ਹੈਗਾ ਢੋਲਕ, ਇਹ ਆ ਜੀ ਦੋ ਬਲਦਾਂ ਵਾਲੀ ਰੇਹੜੀ। ਇਹ ਦੋ ਬਲਦ ਇਸ ਰੇਹੜੀ ਦੇ ਵਿੱਚ ਜੋੜੇ ਹੁੰਦੇ ਸੀਗੇ ਜੀ, ਦੋ ਬਲਦਾਂ ਵਾਲੀ ਰੇਹੜੀ ਹੁੰਦੀ ਸੀਗੀ ਜੀ, ਕਿਉਂਕਿ ਆਮ ਸਾਡੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਡੰਗਰ ਹੁੰਦੇ ਸੀਗੇ ਜੀ, ਤੇ ਡੰਗਰਾਂ ਲਈ ਚਾਰਾ ਲੈ ਕੇ ਆਉਣਾ ਹੁੰਦਾ ਸੀ, ਪੱਠੇ ਲੈ ਕੇ ਆਉਣੇ ਹੁੰਦੇ ਸੀ, ਤਾਂ ਦੋ ਬਲਦਾਂ ਵਾਲੀ ਰੇਹੜੀ ਦੇ ਉੱਤੇ ਹੀ ਲੋਟ ਆਉਣਾ ਹੁੰਦਾ ਸੀ ਕਿਉਂਕਿ ਰੇਹੜੀਆਂ ਵੱਡੀਆਂ ਹੁੰਦੀਆਂ ਸੀਗੀਆਂ ਜੀ। ਇਸ ਤੋਂ ਬਾਅਦ ਸਿੰਗਲ ਬਲਦ ਵਾਲੀ ਰੇਹੜੀ ਆ ਗਈ ਜੀ, ਰੇਹੜੀਆਂ ਨੇ ਸਮਾਂ ਇਸਦਾ ਲੈ ਲਿਆ, ਸਿੰਗਲ ਰੇਹੜੀ ਚੱਲ ਪਈ ਜੀ। ਇੱਕ ਆ ਡੋਲੀ ਜੀ, ਜਦੋਂ ਪੁਰਾਣਾ ਸੱਭਿਆਚਾਰ ਦੇ ਵਿੱਚ ਮੈਰਿਜ ਹੁੰਦੀ ਸੀ, ਵਿਆਹ ਵਗੈਰਾ ਹੁੰਦੇ ਸੀਗੇ ਨਾ ਜੀ, ਤਾਂ ਇਹ ਡੋਲੀ ਬਣਾਈ ਜਾਂਦੀ ਸੀਗੀ ਜੀ। ਇਹ ਡੋਲੀ ਆ ਜੀ, ਦੋ ਬਲਦ ਜੁੜ ਜਾਂਦੇ ਸੀਗੇ ਤੇ ਉਹਦੇ ਵਿੱਚ ਬੈਠਦੀ ਸੀ ਜੀ, ਇਹ ਡੋਲੀ ਆ ਜੀ। ਇਹ ਸਾਡਾ ਜਿਹੜੇ ਵੀਰ ਨੇ ਗੱਡੀਆਂ ਵਾਲੇ ਆਪਾਂ ਕਹਿੰਦੇ ਆ ਨਾ, ਲੋਹੇ ਦਾ ਬਣਾਉਂਦੇ ਸੀ, ਔਜ਼ਾਰ ਬਣਾਉਂਦੇ ਸੀ ਲੋਹੇ ਦਾ, ਕੋਈ ਵੀ ਔਜ਼ਾਰ ਬਣਾਉਂਦੇ ਸੀ, ਇਹ ਮੀਆਂ ਬੀਬੀ ਰਲ ਕੇ ਜੀ ਦੇਖੋ ਮਿਹਨਤ ਕਰ ਰਹੇ ਨੇ, ਔਜ਼ਾਰ ਬਣਾ ਰਹੇ ਨੇ, ਕੁਛ ਖੇਤੀ ਦੇ ਸੰਦ ਬਣਾਉਂਦੇ ਹੁੰਦੇ ਸੀ, ਬਹੁਤ ਕੁਛ ਜਿਹੜੇ ਲੋਹੇ ਦਾ ਸਮਾਨ ਸੀ ਇਹ ਤਿਆਰ ਗੱਡੀਆਂ ਵਾਲੇ ਕਰਦੇ ਹੁੰਦੇ ਸੀਗੇ। ਅੱਜ ਕੱਲ੍ਹ ਵੀ ਸਾਡੇ ਪੰਜਾਬ ਦੇ ਵਿੱਚ ਇਹ ਕਈ ਜਗ੍ਹਾ ਦੇ ਉੱਤੇ ਆ ਕੇ ਬੈਠਦੇ ਨੇ ਜੀ। ਇਹ ਆ ਜੀ ਫੀਅਟ ਗੱਡੀ, ਪੰਜਾਬ ਦੇ ਵਿੱਚ ਜਦੋਂ ਚੱਲਣ ਚੱਲਿਆ ਗੱਡੀਆਂ ਦਾ ਤਾਂ ਫੀਅਟ ਗੱਡੀ ਵੀ ਆਪਣੀ ਇੱਕ ਥਾਂ ਰੱਖਦੀ ਹੁੰਦੀ ਸੀਗੀ ਜੀ। ਇਹ ਫੀਅਟ ਗੱਡੀ ਆ ਜੀ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ, ਅੱਜ ਕੱਲ੍ਹ ਦਾ ਬੱਚਿਆਂ ਨੂੰ ਫੀਅਟ ਗੱਡੀ ਜਾਂ ਦਾ ਵੀ ਨਹੀਂ ਪਤਾ ਵੀ ਫੀਅਟ ਗੱਡੀ ਹੁੰਦੀ ਕਿਹੜੀ ਆ ਜੀ। ਅੱਜ ਕੱਲ੍ਹ ਦਾ BMW ਜਾਂ ਹੋਰ ਬਹੁਤ ਸਾਰੀਆਂ ਗੱਡੀਆਂ ਮਾਰਕੀਟ ਦੇ ਵਿੱਚ ਆ ਚੁੱਕੀਆਂ ਨੇ, ਪਰ ਉਦੋਂ ਸਾਡੇ ਪੰਜਾਬ ਦੀ ਸ਼ਾਨ ਇਹ ਫੀਅਟ ਗੱਡੀ ਹੁੰਦੀ ਸੀ ਜੀ। ਮੈਡਮ ਜੋਤ ਕੌਰ ਜੀ ਵਿੱਚ ਬਹਿ ਗਏ ਨੇ ਫੀਅਟ ਗੱਡੀ ਦੇ ਵਿੱਚ ਤੇ ਬਾਏ ਬਾਏ ਕਰ ਰਹੇ ਨੇ, ਬਿਨਾਂ ਡਰਾਈਵਰ ਆ, ਡਰਾਈਵਰ ਹਲੇ ਬੈਠਿਆ ਨਹੀਂ ਜੀ, ਡਰਾਈਵਰ ਬਾਹਰ ਖੜਾ ਦੱਸ ਰਿਹਾ ਆ ਤੇ ਮੈਡਮ ਬੈਠੀ ਵਿੱਚ ਬਾਏ ਬਾਏ ਕਰ ਰਹੀ ਆ। ਇਹ ਹੈ ਜੀ ਟੋਕਾ ਮਸ਼ੀਨ, ਇਹਦੇ ਰਾਹੀਂ ਆਪਾਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਪੱਠੇ ਇਹਦੇ ਨਾਲ ਕੁੱਤਰਦੇ ਹੁੰਦੇ ਸੀਗੇ, ਅੱਜ ਕੱਲ੍ਹ ਇਹ ਵੀ ਅਲੋਪ ਹੋ ਗਈ ਆ, ਮਸ਼ੀਨਾਂ ਦਾ ਯੁੱਗ ਆ ਗਿਆ ਆ। ਸਾਡੇ ਪੰਜਾਬ ਦੇ ਵਿੱਚੋਂ ਪਸ਼ੂ ਵੀ ਬਹੁਤ ਜ਼ਿਆਦਾ ਗਾਇਬ ਹੋ ਗਏ ਨੇ, ਬਹੁਤ ਜ਼ਿਆਦਾ ਡੰਗਰਾਂ ਦਾ ਰੁਝਾਨ ਵੀ ਘੱਟ ਗਿਆ ਆ ਜੀ, ਮੁੱਲ ਦੇ ਦੁੱਧ ਦਾ ਚਲਣ ਚੱਲ ਪਿਆ ਆ। ਇਹਦੇ ਉੱਤੇ ਪੱਠੇ ਕੁੱਤਰਦੇ ਹੁੰਦੇ ਸੀਗੇ ਜੀ, ਇੱਕ ਜਣਾ ਰੁੱਗ ਲਾਉਂਦਾ ਹੁੰਦਾ ਸੀ ਤੇ ਇੱਕ ਜਣਾ ਕੁੱਤਰਦਾ ਹੁੰਦਾ ਸੀਗਾ ਜੀ। ਇਹ ਆ ਮਸ਼ੀਨ ਜੀ ਪੱਠੇ ਕੁੱਤਰਨੇ ਵਾਲੀ, ਸਾਡੇ ਪੰਜਾਬ ਦਾ ਇਹ ਵੀ ਇੱਕ ਅੰਗ ਸੀ ਜੀ।
ਸਾਡੇ ਬੱਚੇ ਜਦੋਂ ਆਉਂਦੇ ਨੇ ਜੀ ਇਸ ਮਸ਼ੀਨ ਨੂੰ ਦੇਖਦੇ ਨੇ ਤਾਂ ਉਹਨਾਂ ਨੂੰ ਸਾਡਾ ਪੰਜਾਬੀ ਵਿਰਸਾ ਪੰਜਾਬੀ ਸੱਭਿਆਚਾਰ ਚੇਤੇ ਆਉਂਦਾ ਆ ਜੀ। ਤੇ ਇਸ ਜਗ੍ਹਾ ਸੱਥ ਬਣੀ ਹੋਈ ਆ, ਰੁੱਖ ਲੱਗੇ ਹੋਏ ਨੇ, ਦੇਖੋ ਤੁਸੀਂ ਚਾਰੇ ਪਾਸੇ ਬਹੁਤ ਜ਼ਿਆਦਾ ਰੁੱਖ ਨੇ ਜੀ। ਇਹ ਸਾਡੀਆਂ ਬੀਬੀਆਂ ਭੈਣਾਂ ਦੇ ਸਟੈਚੂ ਬਣੇ ਹੋਏ ਨੇ ਜੀ, ਮੂਰਤੀਆਂ ਬਣੀਆਂ ਹੋਈਆਂ ਨੇ। ਇਹ ਕੀ ਕਰ ਰਹੀਆਂ ਨੇ ਇਹਦੀ ਕੋਈ ਸਮਝ ਨਹੀਂ ਜੀ, ਜਿਹਨੇ ਇਹਨਾਂ ਵਿਚਾਰੀ ਨੇ ਹੱਥ ਐਂ ਕੀਤੇ ਹੋਏ ਨੇ, ਬੈਠੀਆਂ ਨੇ, ਯਾਨੀ ਕੁਛ ਪੜ੍ਹਦੀਆਂ ਹੋਣੀਆਂ ਨੇ ਜਾਂ ਇਹ ਉਸ ਟਾਈਪ ਇਹ ਸਟੈਚੂ ਬਣੇ ਹੋਏ ਨੇ ਜੀ। ਤੇ ਉਹ ਟੋਕਰੀਆਂ ਲਟਕਾਈਆਂ ਹੋਈਆਂ ਨੇ ਪੁੱਠੀਆਂ ਜੀ, ਡੈਕੋਰੇਸ਼ਨ ਕੀਤਾ ਹੋਇਆ ਜੀ। ਉਹ ਬੀਬੀ ਘੁੰਡ ਜਿਹਾ ਕੱਢੀ ਬੈਠੀ ਆ, ਚਿਹਰਾ ਦਿਖਾ ਰਹੀ ਆ, ਨਵੀਂ ਦੁਲਹਣਾ ਜੀ ਉਹ। ਇਹ ਪੁਰਾਣੀ ਸੱਥ ਦਾ ਇੱਕ ਰੂਪ ਦਿੱਤਾ ਹੋਇਆ ਜੀ, ਜਿਹਦਾ ਪੁਰਾਣੀ ਸੱਥ ਹੁੰਦੀ ਸੀ, ਦਰਖਤ ਲੱਗੇ ਹੁੰਦੇ ਸੈਂਟਰ ਦੇ ਵਿੱਚ, ਇਹ ਥੜਾ ਬਣਿਆ ਹੋਇਆ ਆ। ਤੇ ਥੜੇ ਦੇ ਉੱਤੇ ਆ ਕੇ ਬੰਦੇ ਬੈਠ ਜਾਂਦੇ ਸੀਗੇ ਜੀ, ਕੁਛ ਵਿਚਾਰਾਂ ਕਰਦੇ ਸੀ, ਕੁਛ ਬੰਦੇ ਤਾਸ਼ ਖੇਡਦੇ ਹੁੰਦੇ ਸੀਗੇ। ਇਹ ਸੱਥਾਂ ਸੀਗੀਆਂ ਸਾਡੇ ਪੰਜਾਬ ਦੀਆਂ, ਸਾਡੇ ਪੰਜਾਬ ਦਾ ਕਲਚਰ ਜੀ ਇਹ। ਇਹ ਪੀਂਘਾਂ ਪਾਈਆਂ ਹੋਈਆਂ ਨੇ ਜੀ, ਜਦੋਂ ਤ੍ਰਿੰਜਣਾ ਹੁੰਦੀਆਂ ਸੀਗੀਆਂ ਤਾਂ ਸਾਡੀਆਂ ਭੈਣਾਂ ਪੀਂਘਾਂ ਝੂਟਦੀਆਂ ਹੁੰਦੀਆਂ ਸੀਗੀਆਂ ਜੀ ਇਹਨਾਂ ਦੇ ਉੱਤੇ ਜੀ, ਪੀਂਘਾਂ ਬਣੀਆਂ ਹੋਈਆਂ ਨੇ। ਪਰ ਜੇ ਹੁਣ ਇਹ ਜੋਤ ਕੋਲ ਉੱਤੇ ਬਹਿੰਦੀ ਆ ਜੀ, ਕਿਉਂਕਿ ਰੱਸਾ ਵੀ ਮਾੜਾ ਤੇ ਟਾਣਾ ਵੀ ਮਾੜਾ, ਇਹ ਟੁੱਟ ਸਕਦਾ ਜੀ, ਥੱਲੇ ਕੰਮ ਹੋ ਸਕਦਾ ਆ, ਹਨਾ ਭਾਈ ਬਹਿ ਕੇ ਦੇਖਣਾ ਤਾਂ ਭਾਈ ਬਹਿ ਜਾ ਤੂੰ, ਜੇ ਇਹ ਡਿੱਗੀ ਜਾਊ ਇਹ ਵੀ ਨੀ ਭਾਈ ਹੱਟਦੀ ਟਾਣਾ। ਚਲੋ ਦੇਖਦੇ ਹਾਂ ਕੀ ਬਣਦਾ ਆ, ਸੈੱਟ ਨੀ ਆ ਰਿਹਾ ਕੰਮ। ਲੈ ਵੀ ਹੁਣ ਬਹਿ ਕੇ ਕਹਿੰਦੀ ਮੈਂ ਵੀ ਦੇਖੀ ਜਾਊ, ਕੋਈ ਕੋਈ ਚੱਕਰ ਨੀ, ਕਿ ਕੱਪੜੇ ਨਵੇਂ ਲੈ ਲਾਂਗੇ ਪਰ ਪੰਖਾ ਪੁੱਠਾ ਲੈਣਾ ਜ਼ਰੂਰ ਹੈ। ਇਹ ਲਓ ਬਈ, ਟੁੱਟਿਆ ਨੀ, ਨਾ ਟਾਣਾ ਟੁੱਟਿਆ ਤੇ ਨਾ ਟੁੱਟਿਆ ਰੱਸਾ ਜੀ। ਇਹ ਜੀ ਪੁਰਾਣਾ ਖੂਹ ਬਣਿਆ ਹੋਇਆ ਤੇ ਇਹਦੇ ਉੱਤੇ ਡੋਲ ਪਾਇਆ ਹੁੰਦਾ ਸੀ, ਬਾਲਟੀ ਲਮਕਾਈ ਹੁੰਦੀ ਸੀ ਤੇ ਭੈਣਾਂ ਇਹਦੇ ਵਿੱਚੋਂ ਪਾਣੀ ਕੱਢਦੀਆਂ ਹੁੰਦੀਆਂ ਸੀਗੀਆਂ। ਇਹ ਸਟੈਚੂ ਵੀ ਦੇਖੋ ਤੁਸੀਂ ਇਸ ਜਗ੍ਹਾ ਦਾ ਪ੍ਰਮਾਣ ਆ ਜੀ, ਇਹ ਭੈਣ ਨੇ ਖੂਹ ਦੇ ਵਿੱਚੋਂ ਦੇਖੋ ਤੁਸੀਂ ਪਾਣੀ ਕੱਢਿਆ ਜੀ, ਤੇ ਇਹ ਰਾਹੀ ਆ ਕੋਈ ਪਾਣੀ ਪੀਣ ਲਈ ਕਹਿ ਰਿਹਾ ਆ, ਤੇ ਇਹਨੇ ਬੁੱਕ ਕੀਤੀ ਹੋਈ ਆ ਮੂਹਰੇ, ਤੇ ਭੈਣ ਸਾਡੀ ਉਹਨੂੰ ਪਾਣੀ ਪਾ ਰਹੀ ਆ, ਤੇ ਪਿਆਸਾ ਆ ਰਾਹੀ ਆਪਣੀ ਪਿਆਸ ਪਾਣੀ ਪੀ ਕੇ ਬੁਝਾ ਰਿਹਾ ਜੀ। ਖੂਹ ਆ, ਖੂਹ ਦੇ ਨਾਲ ਹੀ ਇਹ ਸਟੈਚੂ ਲੱਗਿਆ ਹੋਇਆ ਜੀ। ਤੁਸੀਂ ਇੱਕ ਗੱਲ ਉਹਦੇ ਹੋਰ ਦੇਖੋ, ਕਿੰਨਾ ਸੋਹਣੀ ਨੇਚਰ ਆ, ਕੁਦਰਤ ਆ ਜੀ ਇਸ ਜਗ੍ਹਾ ਜੀ। ਰੁੱਖ ਲੱਗੇ ਹੋਏ ਨੇ, ਪੂਰਾ ਸ਼ਾਂਤ ਮਾਹੌਲ ਆ। ਤੁਸੀਂ ਯਕੀਨ ਮੰਨਿਓ, ਜੇਕਰ ਆਪਾਂ 2 ਮਿੰਟ ਚੁੱਪ ਕਰ ਜਾਂਦੇ ਆ ਨਾ, ਤਾਂ ਸਾਂ ਸਾਂ ਚਿੜੀਆਂ ਦੀਆਂ ਆਵਾਜ਼ਾਂ ਬਹੁਤ ਸੋਹਣੀਆਂ ਇਸ ਜਗ੍ਹਾ ਦੇ ਉੱਤੇ ਆਉਂਦੀਆਂ ਨੇ ਜੀ। ਬੱਚੇ ਆਉਂਦੇ ਨੇ, ਉਰੇ ਝੂਲੇ ਝੂਟਦੇ ਨੇ ਜੀ, ਬਹੁਤ ਸੋਹਣੀ ਇਹ ਜਗ੍ਹਾ ਬਣੀ ਹੋਈ ਆ ਜੀ। ਆ ਜਾਓ ਹੁਣ ਆਪਾਂ ਚੱਲਦੇ ਹਾਂ ਕੰਟੀਨ ਵੱਲ ਨੂੰ, ਥੱਕ ਗਏ ਹਾਂ, ਕੁਛ ਖਾਂਦੇ ਹਾਂ ਤੇ ਕੁਛ ਪੀਂਦੇ ਹਾਂ ਜੀ, ਸਾਡੇ ਨਾਲ ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਜੀ। ਆ ਜਾਓ ਆਪਾਂ ਸਾਰੇ ਜਣੇ ਰਲ ਮਿਲ ਕੇ ਕੁਛ ਪੀਣ ਚੱਲਦੇ ਹਾਂ ਜੀ। ਕੈਫੇਟੇਰੀਆ ਵੀ ਬਣਿਆ ਹੋਇਆ ਜਿੱਥੇ ਆਪਾਂ ਕੁਛ ਖਾ ਸਕਦੇ ਹਾਂ, ਕੋਲਡ ਡਰਿੰਕਸ ਪੀ ਸਕਦੇ ਹਾਂ, ਪੀ ਸਕਦੇ ਹਾਂ। ਆਪਣੇ ਜੀ ਗੈਰੀ ਫਾਰਮ ਵਿਜ਼ਿਟ ਕਰ ਲਿਆ ਹੈ, ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਚੈਨਲ ਜੇਕਰ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ। ਅਸੀਂ ਜੀ ਪਿਛਲੀ ਸੀਰੀ ਦੇ ਵਿੱਚ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਨੇ ਜੀ। ਜੇਕਰ ਤੁਸੀਂ
ਉਸ ਸਥਾਨ ਦੇ ਦਰਸ਼ਨ ਨਹੀਂ ਕੀਤੇ ਦਸਵੇਂ ਪਾਤਸ਼ਾਹ ਦੇ ਤਪ ਸਥਾਨ 'ਤੇ, ਤਾਂ ਸਾਡੇ ਚੈਨਲ 'ਤੇ ਜਾ ਕੇ ਉਸ ਤਪ ਸਥਾਨ 'ਤੇ ਵੀ ਦਰਸ਼ਨ ਜ਼ਰੂਰ ਕਰਿਓ ਜੀ। ਫਿਰ ਮਿਲਾਂਗੇ ਕਿਸੇ ਨਵੀਂ ਜੀ ਜਗ੍ਹਾ ਦੇ ਉੱਤੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। Da 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 da